ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਅਸਲਾਮ ਵਾਲੇਕੁਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਜਾਵੇਦ ਤੇ ਤੁਸੀਂ ਦੇਖਦੇ ਪਏ ਜੋ ਤੁਹਾਡਾ ਦੇਸ਼ ਪੰਜਾਬ ਟੀਵੀ YouTube ਚੈਨਲ। ਆਪਣੇ ਵੀਰਾਂ ਦੇ ਭਰਾਵਾਂ ਤੇ ਦੋਸਤਾਂ ਲਈ ਜਿਹੜੇ ਅੱਜ ਵੀਡੀਓ ਦੇ ਅੰਦਰ ਦਿਖਾਉਣ ਲੱਗਿਆ ਗਾਏ ਲਾਜਵਾਬ, ਖੂਬਸੂਰਤ ਔਰ ਇੰਤਹਾਈ ਮਾਸ਼ਾਅੱਲਾ ਗਵਾਲ ਵਾਲੀ ਔਰ ਖੂਬਸੂਰਤੀ ਤੇ ਵੀ ਕਮਾਲ ਏ ਮਾਸ਼ਾਅੱਲਾ। ਮਗਰ ਪਟਿਆਲਾ ਵੱਛਾ, ਵੈੜ ਪੇਟ ਦੀ ਵੀ ਸਾਫ਼, ਥਣ ਦੀ ਵੀ ਸਾਫ਼, ਖੂਨ ਪਿੱਤ ਵੀ ਚੰਗਾ, ਪ੍ਰਿੰਟ ਵੀ ਚੰਗਾ, ਸਿੰਘਾਂ ਤੋਂ ਜਨਾਬੇ ਲਈ ਮੀਣੀ ਮੀਣ ਸਫੈਦ ਰੱਖੇ ਨੇ। ਔਰ ਮੇਰੇ ਵੀਰਾਂ ਦੇ ਸਾਹਮਣੇ ਬੜਾ ਖੂਬਸੂਰਤ ਪ੍ਰਿੰਟ ਵੱਛਾ ਮੇਰੇ ਵੀਰ ਦੇਖਦੇ ਪਏ ਨੇ। ਪਟਿਆਲਾ ਮਾਸ਼ਾਅੱਲਾ ਬਹੁਤ ਤਗੜਾ ਦਿੱਤਾ ਵੈਣ ਨੇ। ਔਰ ਅੱਜ ਇਹਨੂੰ ਤੀਸਰਾ ਦਿਨ ਨੇ ਤੁਹਾਡੇ ਵੀਰ ਦੇ ਕੋਲੇ ਖੜੀ ਹੈ ਔਰ ਜਨਾਬੇ ਲਈ 6ਵੀਂ ਤੋਂ 7ਵੀਂ ਚੁਆਈਸ ਆਉਣ ਲੱਗੀ ਹੈ ਮੇਰੇ ਵੀਰਾਂ ਦੋਸਤਾਂ ਦੇ ਸਾਹਮਣੇ। ਔਰ ਮਾਸ਼ਾਅੱਲਾ ਵੈਣ ਦੇਖਣ ਜਿਹੜੇ ਮੇਰੇ ਵੀਰ ਗਵਾਲ ਦੇ ਸ਼ੌਕੀਨ ਨੇ ਔਰ ਜਨਾਬੇ ਲਈ ਗਵਾਲ ਦਾ ਜਾਨਵਰ ਪਸੰਦ ਕਰਦੇ ਨੇ, ਇਹ ਉਹਨਾਂ ਦੇ ਵਾਸਤੇ ਮਾਸ਼ਾਅੱਲਾ ਗਾਏ ਨੂੰ ਹਣ ਵੇਖਣ ਕਿੱਦਾਂ ਪਾਵਰ ਵਾਲਾ, ਮਾਸ਼ਾਅੱਲਾ ਗਾਏ ਦੇ ਹੁਸਨ ਵੇਖਣ ਔਰ ਮਾਸ਼ਾਅੱਲਾ ਟਰਨ ਫਿਰਨ ਦੇਖਣ। ਇਹ ਤੁਹਾਡੇ ਵੀਰ ਦੇ ਕੋਲੇ ਆਦੇ ਆਪਣੇ ਘਰ ਖੜੀ ਦੋਸਤੋ, ਲੈਣੇ ਦੇਣੇ ਮੁਕੱਦਰ ਨੇ, ਸੌਦੇ ਨਸੀਬਾਂ ਦੇ ਨੇ। ਵੈੜ ਦਾ ਮਾਸ਼ਾਅੱਲਾ ਅੰਗ ਅੰਗ ਮੇਰੇ ਵੀਰਾਂ ਭਰਾਵਾਂ ਦੋਸਤਾਂ ਨੇ ਦੇਖਣਾ ਹੈ, ਬਾਕੀ ਲੈਣੇ ਦੇਣੇ ਮੁਕੱਦਰ ਨੇ। ਮੈਂ ਆਪਣੇ ਵੀਰਾਂ ਨੂੰ ਹਮੇਸ਼ਾ ਦੱਸਦਾ ਹੁੰਦਾ ਔਰ ਬੱਚਾ ਲਵਾਵਾਂਗੇ, ਚੁਆਈ ਸ਼ੁਰੂ ਕਰਾਵਾਂਗੇ। ਔਰ ਇਨਸ਼ਾਅੱਲਾ ਤੁਹਾਡਾ ਵੀਡੀਓ ਪਸੰਦ ਆਏਗੀ, ਵੀਡੀਓ ਪਸੰਦ ਆਵੇ ਲਾਈਕ ਕਰਦਾ ਰਹਿਣਾ, ਸ਼ੇਅਰ ਕਰਦਾ ਰਹਿਣਾ ਔਰ ਤੁਹਾਡਾ ਦੇਸ਼ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਦੋਸਤੋ ਜ਼ਰੂਰ ਕਰਦਾ ਰਹਿਣਾ। ਤੁਹਾਡੇ ਵਾਸਤੇ ਲੱਭ ਲੱਭ ਕੇ ਜਾਨਵਰ ਲਿਆਈਦੇ ਨੇ। ਔਰ ਇਹ ਜੀ ਕੋਈ ਹੋਰ ਚੈਨਲ 'ਤੇ ਜਾਂ ਕਿਸੇ ਵਪਾਰੀ ਕੋਲ ਖੜੀ ਹੁੰਦੀ, ਮੁੱਲ ਕਰਿਆ ਜੀ ਦਾ ਜਨਾਬੇ ਲਈ 3.5 ਲੱਖ ਰੁਪਈਆ ਜਾਂ 3,20,000 ਰੁਪਈਆ। ਤੁਹਾਡਾ ਦੇਸ਼ ਪੰਜਾਬ ਟੀਵੀ ਦੇ ਆਪਣੇ ਸਬਸਕ੍ਰਾਈਬਰਾਂ ਵਾਸਤੇ ਪੂਰੇ ਮੁਹੱਬਤਾਂ ਵਾਲੇ। ਔਰ ਜਿਹੜਾ ਵੱਛਾ, ਜਿਹੜੇ ਮੇਰੇ ਵੀਰ ਵੱਛਾ ਦੇ ਸ਼ੌਕੀਨ ਨੇ, ਉਹਨਾਂ ਨੂੰ ਪਤਾ ਹੈ ਕਿ ਇਹ ਜਿਹਾ ਵੱਛਾ ਜਨਾਬਿਆਂ ਲਈ ਸੂਏ ਦੇ ਵਿੱਚ ਅੱਲਾ ਦੇ ਹੁਕਮ ਨਾਲ 2-2.5 ਲੱਖ ਦਾ ਹੈ। ਔਰ ਇਨਸ਼ਾਅੱਲਾ ਪ੍ਰਿੰਟ ਚੰਗਾ, ਵੱਛਾ ਤਗੜਾ ਬਹੁਤ ਵੈਣ ਨੇ ਦਿੱਤਾ, ਕਿਉਂਕਿ ਆਪ ਬਹੁਤ ਯਾਨੀ ਕਿ ਖੂਨ ਪੀਤਾ ਤਗੜੀ ਵੈਣ ਗਵਾਲਣ ਹੈ ਔਰ ਉਹ ਜਿਹਾ ਵੱਛਾ ਦਿੱਤਾ। ਜਨਾਬ ਮੇਰੇ ਵੀਰ ਦੇਖ ਲੈਣ ਹਰ ਗੱਲ ਮੇਰੇ ਵੀਰਾਂ ਭਰਾਵਾਂ ਦੋਸਤਾਂ ਦੇ ਸਾਹਮਣੇ ਅੱਲਾ ਦੇ ਫਜ਼ਲ ਅਤੇ ਕਰਮ ਦੇ ਨਾਲ। ਇਨਸ਼ਾਅੱਲਾ ਤੁਹਾਡਾ ਵੀਡੀਓ ਪਸੰਦ ਆਏਗੀ। ਵੰਗਾ ਲੈ ਲੈ ਭਾਈ, ਛੋਟਾ ਵੰਗਾ ਭਾਈ, ਬਟਲ ਮਾਸ਼ਾਅੱਲਾ। ਗਾਏ ਵੇਖਣ, ਗਾਏ ਦਾ ਹੁਸਨ ਵੇਖਣ, ਗਾਂ ਦੀ ਮਾਸ਼ਾਅੱਲਾ ਲਾਮ ਵੇਖਣ, ਗਾਂ ਦਾ ਖੂਨ ਪਿੱਤ ਵੇਖਣ ਔਰ ਮਾਸ਼ਾਅੱਲਾ ਮਗਰ ਬੱਚਾ ਵੇਖਣ, ਲਾਜਵਾਬ ਅੱਲਾ ਦੇ ਹੁਕਮ ਨਾਲ ਵੀਡੀਓ। ਇਨਸ਼ਾਅੱਲਾ ਤਾਲਾ ਮੇਰੇ ਵੀਰਾਂ ਨੂੰ ਵੀਡੀਓ ਪਸੰਦ ਵੀ ਆਏਗੀ, ਲਾਈਕ ਵੀ ਕਰਨਗੇ, ਸ਼ੇਅਰ ਵੀ ਕਰਨਗੇ, ਕਮੈਂਟ ਵੀ ਕਰਨਗੇ ਔਰ ਪਿਓਰ ਗਵਾਲ ਦੀ ਗਾਂ। ਔਰ ਮਾਸ਼ਾਅੱਲਾ ਜਿਹੜੇ ਕਰਾਚੀ ਵਾਲੇ ਨੇ, ਮੁਲਤਾਨ ਵਾਲੇ ਨੇ, ਬਹਾਵਲਪੁਰ ਵਾਲੇ ਨੇ, ਜਨਾਬ ਅਲੀ ਅਗੋਂ ਫੈਸਲਾਬਾਦ ਵਾਲੇ ਮੇਰੇ ਭਰਾ ਨੇ, ਲਾਹੌਰ ਵਾਲੇ ਨੇ ਔਰ ਮੀਆਂਵਾਲੀ ਵਾਲੇ ਨੇ ਔਰ ਜਨਾਬ ਤੋੜ ਪਿੰਡੀ, ਚਕਵਾਲ, ਜੇਲਮ, ਗੁਜਰਾਤ, ਗੁਜਰਾਲਾ, ਖਾਰੀਆਂ, ਜਨਾਬ ਮਨਸੇਰਾ, ਐਬਟਾਬਾਦ, ਜਿੱਥੇ ਜਿੱਥੇ ਪਾਕਿਸਤਾਨੀ ਮੇਰੇ ਵੀਰ ਦੇਖਦੇ ਪਏ ਨੇ ਔਰ ਬਾਹਰ ਬੈਠੇ ਜਿੰਨੇ ਵੀ ਓਵਰਸੀਜ਼ ਪਾਕਿਸਤਾਨੀ ਨੇ, ਅੱਲਾ ਦੇ ਹੁਕਮ ਨਾਲ ਉਹਨਾਂ ਦੇ ਘਰ ਤੱਕ ਜਾਨਵਰ ਪਹੁੰਚੇਗਾ ਔਰ ਪੂਰੀ ਜ਼ਿੰਮੇਦਾਰੀ ਨਾਲ ਪਹੁੰਚਾਵਾਂਗੇ। ਔਰ ਮੇਰੇ ਵੀਰਾਂ ਨੂੰ ਪਤਾ ਹੈ ਕਿ ਤੁਹਾਡਾ ਦੇਸ਼ ਪੰਜਾਬ ਟੀਵੀ ਨੇ ਆਪਣੇ ਮਿਆਰ 'ਤੇ ਕੰਮ ਕੀਤਾ ਹੈ, ਇਹ ਦੋਸਤੋ ਆਪਣੇ ਕੋਲੇ ਆਪਣੇ ਘਰ ਖੜੀਏ ਦੁੱਧ ਪੁੱਤਰਾ ਦੀ ਗਾਂ। ਅੱਲਾ ਦੇ ਹੁਕਮ ਨਾਲ ਜਿਹੜਾ ਵੀਰ ਲੈਣਾ ਚਾਹੁੰਦਾ ਹੈ ਅੱਖਾਂ ਮੀਟ ਕੇ ਇਸ ਗਾਂ ਨੂੰ ਲੈਣਾ ਹੈ, ਗਾਂ ਦਾ ਥਣ ਦੱਸਦਾ ਪਿਆ, ਗਾਂ ਦਾ ਇੱਥੇ ਅੱਗੇ ਬੱਚਾ ਕਰਕੇ ਸੌੜਾ ਬੰਨ ਦਿਓ। ਗਾਂ ਬੜੀ ਅੱਲਾ ਦੇ ਹੁਕਮ ਨਾਲ ਦੁੱਧ ਪੁੱਤਰਾ ਦੀ ਨਸਲੀ ਵੈਣ ਮੇਰੇ ਵੀਰਾਂ ਭਰਾਵਾਂ ਦੋਸਤਾਂ ਦੇ ਸਾਹਮਣੇ ਬਾਲਟੀ ਭਾਈਜਾਨ ਮੂੰਹਦੀ ਕਰਕੇ ਵਿਖਾ ਦਿਆ ਜੀ। ਚੁਆ ਵਿਖਾ ਸਾਰੇ ਨੇੜੇ ਜਾ ਕੇ, ਮਾਸ਼ਾਅੱਲਾ ਮੇਰੇ ਵੀਰ ਚੁਆ ਵੇ। ਥੱਲੇ ਰੱਖ ਕੇ ਚੋ ਭਾਈਜਾਨ, ਮਾਸ਼ਾਅੱਲਾ ਵੇਖਣ ਮੇਰੇ ਭਰਾ, ਗਾਂ ਦੀ ਅਸੀਲਤਾ ਵੇਖਣ, ਗਾਂ ਦੀ ਨਸਲ ਵੇਖਣ, ਹਰ ਗੱਲ ਮੇਰੇ ਵੀਰਾਂ ਭਰਾਵਾਂ ਦੋਸਤਾਂ ਸਾਹਮਣੇ।
ਨਾਂ ਦਾ ਪ੍ਰਿੰਟ ਵੇਖਣ, ਹਰ ਗੱਲ ਮੇਰੇ ਵੀਰਾਂ ਭਰਾਵਾਂ ਦੋਸਤਾਂ ਦੀ ਨਜ਼ਰ ਦੇ ਸਾਹਮਣੇ, ਖੂਬਸੂਰਤੀ ਵੀ ਕਮਾਲ ਦੀ, ਅੱਲਾ ਦੇ ਗੁਣ ਦੁੱਧ ਪੁੱਤਰ ਵਾਲੀ ਗਾਂ। ਅੱਲਾ ਉਹਦੀਆਂ ਆਵਾਜ਼ਾਂ ਆਉਣਗੀਆਂ ਇਨਸ਼ਾਅੱਲਾ। ਹਰ ਚੀਜ਼ ਮੇਰੇ ਵੀਰਾਂ ਭਰਾਵਾਂ ਦੋਸਤਾਂ ਸਾਹਮਣੇ ਮਾਸ਼ਾਅੱਲਾ ਚਵਾਈ ਲਾਜਵਾਬ, ਗਾਏ ਹੁਸਨ ਵੱਲੋਂ ਪੂਰੀ ਮਾਸ਼ਾਅੱਲਾ, ਕਰਮਾਲੀ ਸੁਥਰਾ ਜਾਨਵਰ, ਔਰ ਇੱਕ ਚਵਾ ਇੱਕ ਤਾਰੀ, ਔਰ ਅੱਲਾ ਦੇ ਗੁਣਾ ਦੁਆਵਾਂ ਦੇਣਗੇ ਜਿਹੜਾ ਮੇਰਾ ਭਰਾ ਲੈ ਗਿਆ ਅੱਲਾ ਦੇ ਫਜ਼ਲ ਨਾਲ। ਥਾਣ ਇਹ ਜਿਹਾ ਕਮਾਲ ਦਾ ਬਹੁਤ ਘੱਟ ਲੱਗਿਆ ਹੁੰਦਾ, ਇਹ ਜਿਹਾ ਪ੍ਰਿੰਟ ਬਹੁਤ ਘੱਟ ਹੁੰਦਾ, ਇੰਨਾ ਖੂਨ ਗਾਂ ਤੇ ਬਹੁਤ ਘੱਟ ਹੁੰਦਾ, ਇਹ ਜਿਹਾ ਮੀਨ ਬਹੁਤ ਘੱਟ ਹੁੰਦਾ ਦੋਸਤੋ, ਇਹ ਜਿਹਾ ਵੱਛਾ ਜਿਹੜਾ ਪਟਿਆਲਾ ਬਹੁਤ ਘੱਟ ਗਾਵਾਂ ਦਿੰਦੀਆਂ ਨੇ, ਆਮ ਵੱਛਿਆਂ ਨਾਲ ਜਨਾਬੇ ਲਈ ਕਰੋੜ ਦਰਜੇ ਵੱਛਾ ਚੰਗਾ। ਔਰ ਇਨਸ਼ਾਅੱਲਾ ਤਾਲਾ ਇਹ ਜਿਹੜਾ ਵੱਛਾ ਮੇਰੇ ਵੀਰ ਦੇ ਮੈਂ ਪਟਿਆਲਾ ਵੱਛਾ ਖੂਨ ਪਿੱਤ ਵਾਲਾ ਚੰਗਾ ਮਾਸ਼ਾਅੱਲਾ ਦੁੱਧ ਵੱਛੇ ਨੂੰ ਚੰਗਾ ਛੱਡਿਆ ਜਨਾਬ, ਗਾਂ ਨੇ ਵੱਛਾ ਵੀ ਬਹੁਤ ਤਗੜਾ ਮਾਸ਼ਾਅੱਲਾ ਦਿੱਤਾ। ਮੇਰੇ ਵੀਰਾਂ ਸਾਹਮਣੇ ਜਨਾਬ ਇਹ ਦੁੱਧ ਆ ਗਏ, ਔਰ ਜਨਾਬ ਮਿਣਾਂਗੇ, ਹਰ ਗੱਲ ਦੀਆਂ ਵੀਰਾਂ ਤਸੱਲੀਆਂ ਕਰਾਵਾਂਗੇ। ਇੱਧਰੋਂ ਵੱਡੀ ਲੈ ਆ, ਗਾਗਰ ਵੱਡੀ ਲੈ ਆ। ਇਹ ਜਨਾਬ ਮੇਰੇ ਵੀਰਾਂ ਸਾਹਮਣੇ ਖਾਲੀ ਬਾਲਟੀ, ਇਹ ਜਨਾਬ ਮੇਰੇ ਵੀਰ ਦੇ ਪੈਣ ਮਾਸ਼ਾਅੱਲਾ ਦੁੱਧ ਇੰਨਾ ਗਾੜਾ ਸਫੈਦ ਚਿੱਟਾ ਦੇ ਪੈਣ ਜਿਵੇਂ ਮਾਝ ਦਾ ਹੁੰਦਾ ਅੱਲਾ ਦੇ ਕੋਲ। ਇਨਸ਼ਾਅੱਲਾ ਸਾਰੀਆਂ ਗੱਲਾਂ ਮੇਰੇ ਵੀਰਾਂ ਭਰਾਵਾਂ ਦੋਸਤਾਂ ਦੇ ਸਾਹਮਣੇ ਨੇ, ਹਮੇਸ਼ਾ ਆਪਣੇ ਵੀਰਾਂ ਲਈ ਮਿਆਰ ਦੇ ਕੰਮ ਕੀਤਾ ਹੈ। ਐਂਡ ਤੇ ਵਿਖਾਵਾਂਗੇ ਕਿੰਨਾ ਬੱਚੇ ਨੂੰ ਦੁੱਧ ਛੱਡਿਆ, ਭਾਈ ਨੂੰ ਕਿਹਾ ਬੱਚੇ ਨੂੰ ਥੱਲੇ ਛੱਡ ਦੇ ਵੇਖ ਵਾਲੀ ਚੂੰਘਣ ਦੇ। ਇਹ ਜਨਾਬ ਮੇਰੇ ਵੀਰਾਂ ਭਰਾਵਾਂ ਦੋਸਤਾਂ ਸਾਹਮਣੇ ਖਾਲੀ ਕੜਵੀ, ਬਿਸਮਿਲ੍ਲਾ ਰਹਿਮਾਨ ਰਹੀਮ। ਇਹ ਜਨਾਬ ਔਰ ਆਓ ਲੈ ਆ, ਮਾਸ਼ਾਅੱਲਾ ਦੋ, ਇਹ ਜਨਾਬ ਤਿੰਨ, ਇਹ ਜਨਾਬ ਚਾਰ, ਇਹ ਜਨਾਬ ਪੰਜ, ਇਹ ਜਨਾਬ ਛੇ, ਇਹ ਜਨਾਬ ਸੱਤ। 7 ਕਿਲੋ ਵਾਲੀ ਆ ਬਾਲਟੀ ਭਰੇਗੀ, 7 ਮਾਸ਼ਾਅੱਲਾ। ਇਹ ਜਨਾਬ 8, ਇਹ ਜਨਾਬ 9, ਇਹ ਜਨਾਬ ਮਾਸ਼ਾਅੱਲਾ 10 ਕੜਵੀਆਂ ਮੇਰੇ ਵੀਰਾਂ ਸਾਹਮਣੇ ਹੋ ਗਈਆਂ ਨੇ।
ਮੇਰੇ ਵੀਰਾਂ ਦੇਖ ਲਈਆਂ ਨੇ ਔਰ ਭਾਈ ਜੀ ਬੱਚੇ ਥੱਲੇ ਛੱਡਿਆ ਜੀ। ਦੁੱਧ ਬਹੁਤ ਛੱਡਿਆ, ਦੁੱਧ ਮੈਂ ਆਪਣੇ ਵੀਰਾਂ ਨੂੰ ਦੱਸਦਿਆਂ, ਦੁੱਧ ਬਾਈ ਨੇ ਬੱਚੇ ਨੂੰ ਕਿੰਨਾ ਛੱਡਿਆ, ਇੱਕ ਥਾਣੇ ਵਾਲੇ ਚੋਣਾ ਇਹਦੇ ਪੈਨ ਚਵਾ ਸਾਰੇ ਬਾਕੀ ਵਿਖਾਇਆ ਜੀ ਭਾਈ ਜੀ। ਇੱਡਾ ਅੱਲਾ ਨੇ ਕਮਾਲ ਦਾ ਚਵਾ ਲਾਇਆ, ਉੱਡਾ ਹੀ ਮਾਸ਼ਾ ਥਣ ਲਾਇਆ, ਉੱਡਾ ਹੀ ਕਮਾਲ ਦਾ ਚਵਾ ਹੈ। ਅਗਲੀ ਚੈੱਕ ਕਰਾਇਆ ਜੀ, ਉਰਲਾ ਥਣ ਕੱਲਾ ਚੋ ਕੇ ਵਿਖਾਓ ਵੀਰਾਂ ਨੂੰ, ਅਤੇ ਵੀਰਾਂ ਪਤਾ ਲੱਗੇ ਕਿ ਬੱਚੇ ਨੂੰ ਆਪਾਂ ਦੁੱਧ ਕਿੰਨਾ ਛੱਡਿਆ। ਲੋਕ ਗੱਲਾਂ ਨਾ ਛਡਾਉਂਦੇ ਨੇ, ਸਿਰਫ ਇਤਵਾਨ ਚੈੱਕ ਕਰਾ ਰਿਹਾ, ਦੁੱਧ ਗੜਵੀ ਤੋਂ ਵੀ ਵੱਧ ਜਾਣਾ ਅੱਲਾ ਦੇਖਣਾ, ਇੱਕ ਥਾਂ 'ਚ ਗੜਵੀ ਤੋਂ ਉੱਤੇ ਹੋਣਾ। ਬਾਰਾਂ ਮੈਂ ਜਿਹੜੀ ਆਪਣੇ ਵੀਰਾਂ ਦੱਸਦਾ ਪਿਆ, ਠੰਡੇ ਦੁੱਧ ਦੀ ਆਪਣੇ ਵੀਰਾਂ ਨੂੰ ਅੱਲਾ ਦੇਖਣ ਨਾਲ ਨਾਲ ਠੰਡੇ ਦੁੱਧ ਦੀ ਮੇਰੀ ਇਸ ਟਾਈਮ ਜੋ ਮੌਜੂਦਾ ਆਵਾਜ਼ ਹੈ, ਮੇਰੇ ਵੀਰ ਭਰਾ ਦੋਸਤ ਵੇਖਦੇ ਪਏ ਨੇ, ਮੌਜੂਦਾ ਠੰਡੇ ਦੁੱਧ ਦੀ 18 ਲੀਟਰ ਦੀ ਆਵਾਜ਼ ਹੈ। ਬੱਚੀ ਦਿਨੋਂ ਦਿਨ ਵੱਧਦੀ ਜਾਂਦੀ ਹੈ, ਸੁਬਾਹ ਕੁਛ ਹੋਰ ਸੀ ਕਰਮ ਵਾਲੀ, ਹੁਣ ਕੁਛ ਹੋਰ ਹੈ। ਗਾਂ ਆਪਣਾ ਆਪ ਦੱਸਦੀ ਕਿ ਮੈਂ ਵਾਕਈ ਦੁੱਧ ਦੇਣ ਵਾਲੀ ਹਾਂ, ਇਨਸ਼ਾਅੱਲਾ ਤਾਲਾ ਵੀਰਾਂ ਦੇ ਨਸੀਬ ਦਾ 20-22 ਲੀਟਰ ਦੁੱਧ ਕਰਨ ਵਾਲੀ ਹੈ। ਔਰ ਮੈਂ ਆਪਣੇ ਭਰਾਵਾਂ ਨੂੰ ਦੱਸਦਾ ਜਾਵਾਂ, ਜਿਹੜੀ ਦੁੱਧ ਦੀ ਗਰੰਟੀ ਜੋ ਮੌਜੂਦਾ ਆਪਣੇ ਵੀਰਾਂ ਦਿਆਂਗਾ, 18 ਲੀਟਰ ਦੀ ਹੱਥ ਖੜਵੀਂ ਆਵਾਜ਼ ਹੈ। ਔਰ ਜਿਹੜੀ ਗਾਂ ਦਾ ਰੇਟ ਥਣ ਪਿੱਛਾ ਚੁੰਘਣ ਦੀ, ਔਰ ਜਨਾਬੇ ਥਣ 'ਚ ਵਾਧੇ ਘਾਟੇ ਦੀ, ਜੇਰ ਨਾ ਪਾਈ ਹੋਵੇ, ਤਹਿਸੀਲ ਨਾ ਹੋਵੇ, ਇਹਨਾਂ ਗੱਲਾਂ ਦੀ ਤੁਹਾਡੇ ਵੀਰ ਦੀਆਂ ਗਰੰਟੀਆਂ ਨੇ। ਆਪਣੇ ਵੀਰਾਂ ਨੂੰ ਵਾਅਦਾ ਮੈਂ ਦੱਸਦਾ ਪਿਆਂ, ਅੱਲਾ ਦੇ ਫਜ਼ਲ ਦੇ ਕਰਮ ਦੇ ਨਾਲ ਜਿਹੜੀਆਂ ਗੱਲਾਂ ਕਰਾਂਗਾ ਉਹਨਾਂ 'ਚ ਕੋਈ ਫਰਕ ਨਹੀਂ ਮੇਸ਼ਤ ਰਹੇਗਾ। ਇਹ ਆਪਣੇ ਕੋਲ ਆਪਣੇ ਘਰ ਖੜੀਏ, ਜ਼ਿਲ੍ਹਾ ਪਾਕਪਤਨ, ਤਹਿਸੀਲ ਆਰਿਫ ਵਾਲਾ, ਚੱਕ ਨੰਬਰ 51 EB ਦੇ ਵਿੱਚ ਖੜੀਏ ਜਨਾਬ। ਮੇਰੇ ਵੀਰਾਂ ਨੇ ਪੂਰਾ ਮਾਸ਼ਾਅੱਲਾ ਗਾਏ ਨੂੰ ਦੇਖ ਲਿਆ, ਅੰਗ ਅੰਗ ਵਿਖਾ ਦਿੱਤਾ, ਗਾਂ ਥੱਲੇ 18 ਲੀਟਰ ਦੀ ਆਪਣੀ ਗਰੰਟੀ ਹੈ। ਜਿਹੜਾ ਗਾਏ ਦਾ ਰੇਟ ਹੈ, ਪਿਆਰ ਮੁਹੱਬਤ ਹੋਰ ਕੋਈ ਹੁੰਦਾ, ਮੁੱਲ ਕਰਿਆ ਮੈਂ ਅੱਗੇ ਵੀ ਦੱਸਿਆ 3,50,000 ਕਰਿਆ, 3,20,000 ਕਰਿਆ, ਮੇਰੇ ਚੈਨਲ ਤੇ ਮੇਰੇ ਭਰਾਵਾਂ ਤੇ ਦੋਸਤਾਂ ਤੇ ਵੀਰਾਂ ਵਾਸਤੇ ਜਿਹੜੇ ਸਾਨੂੰ ਪਿਆਰ ਕਰਦੇ ਨੇ, ਉਹਨਾਂ ਵਾਸਤੇ ਗਾਂ ਦਾ ਮੁੱਲ ਜਨਾਬੇ ਲਈ 2,00,000 ਤੇ ਜਨਾਬੇ ਲਈ 75,000 ਰੁਪਇਆ। 2,75,000 ਚੋਂ ਪਿਆਰ ਮੁਹੱਬਤ ਸ਼ਫਕਤ ਜ਼ਰੂਰ ਹੋਵੇਗੀ। ਗਾਂ ਦਾ ਅੰਗ ਅੰਗ ਮੇਰੇ ਵੀਰਾਂ ਦੇਖਣਾ, ਇਨਸ਼ਾਅੱਲਾ ਤਾਲਾ ਗਾਂ ਦਾ ਪ੍ਰਿੰਟ ਵੇਖਣਾ, ਗਾਂ ਦਾ ਮੀਨ ਵੇਖਣਾ, ਔਰ ਅੱਲਾ ਦੇ ਫਜ਼ਲ ਤੇ ਕਰਮ ਦੇ ਨਾਲ ਇਹ ਜਿਹਾ ਜਾਨਵਰ ਇਨਸ਼ਾਅੱਲਾ ਤਾਲਾ ਅੱਜ ਦੀ ਡੇਟ 'ਚ ਇੰਨੇ ਮਕੂਲ ਰੇਟ 'ਚ ਔਰ ਐਡਾ ਸੋਹਣਾ ਸੁਥਰਾ ਕੋਈ ਵਿਖਾਵੇਗਾ ਨਹੀਂ, ਸਿਰਫ ਔਰ ਸਿਰਫ ਤੁਹਾਡਾ ਦੇਸ਼ ਪੰਜਾਬ ਟੀਵੀ ਦੇ ਸਿਰ 'ਤੇ ਸਿਰ ਅੱਜ ਸੱਜੇਗਾ। ਔਰ ਇਨਸ਼ਾਅੱਲਾ ਤਾਲਾ ਹਮੇਸ਼ਾ ਕੋਸ਼ਿਸ਼ ਕੀਤੀ ਕਿ ਵੀਰਾਂ ਵਾਸਤੇ ਸਾਫ਼ ਸੁਥਰਾ ਲਾਜਵਾਬ ਜਾਨਵਰ ਲੈ ਕੇ ਆਦਰੀਏ। ਅੱਜ ਦੀ ਵੀਡੀਓ ਨਾਲ ਆਪਣੇ ਮੇਜ਼ਬਾਨ ਮੁਹੰਮਦ ਜਵੇਦ ਨੂੰ, ਜਿਹੜਾ ਖਰੀਦਣਾ ਚਾਹੁੰਦਾ, ਰਾਬਤਾ ਨੰਬਰ ਲੈ ਸਕਦਾ 0300-5104051, ਇਸੇ ਨੰਬਰ 'ਤੇ ਦੋਸਤੋ ਵਟਸਐਪ ਹੈ, ਔਰ ਇਸੇ ਨੰਬਰ 'ਤੇ ਰਾਬਤਾ ਨੰਬਰ। ਅੱਜ ਦੀ ਵੀਡੀਓ ਨਾਲ ਆਪਣੇ ਮੇਜ਼ਬਾਨ ਮੁਹੰਮਦ ਜਵੇਦ ਨੂੰ ਦੇ ਇਜਾਜ਼ਤ ਲੈਣੀ ਵਾਲ, ਪਾਕਿਸਤਾਨ ਜ਼ਿੰਦਾਬਾਦ।